पंजाब के जिला फरीदकोट के अधीन आते संधवा इलाके में बनी धागा मिल जो कि किसी विवाद के चलते पिछले कई महीनों से बंद है और यहां काम करने वाले लगभग 500 कर्मचारियों के घरों के चूल्हे बुझ गए हैं। यहां काम करने वाले कई लोग मिल छोड़कर चले गए पर अभी भी कई लोग रह रहे हैं। इसी के तहत इस मिल के एक मजदूर सलीम ने आर्थिक तंगी और भूखमरी से तंग आकर अपने क्वार्टर में पंखे से लटक कर आत्महत्या कर ली। घटना की सूचना मिलते ही पुलिस ने शव को कब्जे में लेकर पोस्टमार्टम हेतु अस्पताल भिजवा दिया है और मामला दर्ज कर आगे की कार्रवाई शुरू कर दी है। जी संधवा फैक्ट्री दे विच असीं सारे वर्कर घट्टो घट भी 100-200 वर्कर असीं काम करते हैं जिदे विच फैक्ट्री 6 महीने हो गए बंद पई नूं। इस करके ये वर्कर असी तो आपो अपना बाहर रेंदे सी, असी तो आपो अपना माड़ा मोटा जून गुजारा करी जांदे सीगे। ये जिहड़े वर्कर आ 10-15 परिवार हजे भी आ जिहड़े कि फैक्ट्री के अंदर ही रेंदे आ, उन्होंने कोई काम नहीं मिल रहा, कोई उन्होंने पेमेंट नहीं मिल रही। जाके देखो तुसी बिल्कुल उन्होंने माड़ा हाल हैगा। सानू ये शक आ भी इस बंदे ने जिहड़ी कि मान लो आत्महत्या की आ, इहने आपदी भुखमरी करके कोई पेमेंट ना मिलन करके ਤਾਂ ਕਰਕੇ ਇਹਨੇ ਆਪਦਾ ਸੁਸਾਈਡ ਕੀਤਾ। ਅਸੀਂ ਮੰਗ ਇਹ ਕਰਦੇ ਹਾਂ ਵੀਰ ਜੀ ਵੀ ਮਿਲ ਮਾਲਕਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਜਿਹੜੇ ਬੰਦੇ ਨੇ ਆਤਮ ਹੱਤਿਆ ਕੀਤੀ ਹੈ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਕਿੰਨੇ ਮੁਲਾਜ਼ਮ ਸੀ ਜਿਹੜੇ ਫੈਕਟਰੀ 'ਚ ਕੰਮ ਕਰਦੇ ਸੀ ਜਿਹੜੇ ਬੇਰੁਜ਼ਗਾਰ ਹੋ ਗਏ? ਜਿਹੜੇ ਬੇਰੁਜ਼ਗਾਰ ਤਾਂ ਘੱਟੋ ਘੱਟ ਜੀ ਅਸੀਂ 500 ਵਰਕਰ ਹੈ, ਪਰ ਹੁਣ ਜਿਹੜੇ ਉੱਥੇ ਇਸ ਟਾਈਮ ਵਰਕਰ ਫੈਕਟਰੀ ਦੇ ਅੰਦਰ ਆ ਉਹ 10 ਪਰਿਵਾਰ ਹੈਗੇ ਆ। ਕਦੋਂ ਦੀ ਬੰਦ ਹੈ ਫੈਕਟਰੀ? ਇਹ 7ਵੇਂ ਮਹੀਨੇ ਦੀ 15 ਤਰੀਕ ਦੀ ਬੰਦ ਹੈ ਜੀ। ਸਾਡਾ ਕੋਈ ਬੋਨਸ ਨਹੀਂ, ਕੋਈ ਸਾਨੂੰ ਤਨਖਾਹਾਂ ਨਹੀਂ। ਟਾਈਮ ਇਹ ਆਹ 17 'ਚ ਬੰਦ ਹੋਈ ਹੈ ਜੀ। ਅੱਜ ਪਤਾ ਲੱਗਿਆ ਸੀ ਕਿ ਜੀ ਕਾਰਪੋਰੇਸ਼ਨ ਸੰਧਮਾ ਤਾਗਾ ਮਿਲ ਦੇ ਵਿੱਚ ਕਿਸੇ ਲੜਕੇ ਨੇ ਜਿਹੜੀ ਹੈ ਸੁਸਾਈਡ ਕਰ ਲਈ ਹੈ ਫਾਹ ਲੈ ਕੇ। ਮੌਕੇ 'ਤੇ ਜਾ ਕੇ ਜਿਹੜੀ ਹੈ ਉਹਦੀ ਮੁੱਢਲੀ ਜਿਹੜੀ ਕਾਰਵਾਈ ਕਰੀ ਹੈ, ਫਿਰ ਵੀ ਕਾਰਵਾਈ ਕਰ ਰਹੇ ਹਾਂ ਅਸੀਂ, ਜੋ ਗੱਲ ਸਾਹਮਣੇ ਆਊਗੀ ਲੜਿੰਦੀ ਕਾਰਵਾਈ ਅਮਲ 'ਚ ਲਿਆਵਾਂਗੇ। ਸਰ ਕੀ ਲੱਗਦਾ ਕੌਣ ਬੰਦਾ ਤੇ ਕਿਸ ਤਰ੍ਹਾਂ ਕਿਉਂ ਇਹ ਸਾਰਾ ਸੁਸਾਈਡ ਕੀਤਾ? ਇਹ ਸਲੀਮ ਕੰਗੋਰੀ ਪੁੱਤਰ ਮਨੋਜ ਕੰਗੋਰੀ ਜਿਹੜਾ ਝਾਰਖੰਡ ਦਾ ਰਹਿਣ ਵਾਲਾ, ਇਹ ਕਾਫੀ ਚਿਰ ਤੋਂ ਸੰਧਵਾ ਪਿੰਡ 'ਚ ਰਹਿੰਦਾ ਸੀ। ਇੱਥੇ ਤਾਗਾ ਮਿੱਲ ਜਿਹੜੀ ਹੈ GST ਕਰਕੇ ਬੰਦ ਹੋ ਗਈ ਹੈ, ਹੁਣ ਇਹ ਬਾਹਰ ਹੀ ਕੰਮ ਕਰਦਾ ਸੀ। ਪਰੰਤੂ ਇਹ ਉੱਥੇ ਜਿਹੜਾ ਹੋਸਟਲ 'ਚ ਰਹਿੰਦਾ ਸੀ ਉਹਨੇ ਫਾਹੇ ਦੇ ਨਾਲ ਜਿਹੜਾ ਫਾਹ ਲੈ ਲਿਆ। ਅਸੀਂ ਕਾਰਵਾਈ ਕਰ ਰਹੇ ਹਾਂ, ਜੋ ਗੱਲ ਸਾਹਮਣੇ ਆਊਗੀ ਪੋਸਟਮਾਰਟਮ ਤੁਰੰਤ ਕਾਰਵਾਈ ਕਰਾਂਗੇ। ਸਰ ਜਿਹੜਾ ਇਹਨੇ ਫਾਂਸੀ ਲਈ ਹੈ ਉਹ ਆਪਣੇ ਕੁਆਟਰ 'ਚ ਲਈ ਹੈ ਜਾਂ ਬਾਹਰ ਫੈਕਟਰੀ ਦੇ ਵਿੱਚ ਲਈ ਹੈ? ਇਹ ਉੱਥੇ ਨਾਲ ਹੀ ਇੱਕ ਜਿਹੜੇ ਰਿਹਾਇਸ਼ੀ ਕੁਆਟਰ ਬਣੇ ਆ ਉੱਥੇ ਕਾਫੀ ਚਿਰ ਤੋਂ ਜਿਹੜਾ ਰਹਿ ਰਿਹਾ ਸੀ। ਉਹਨੇ ਆਪਦੇ ਕੁਆਟਰ ਦੇ ਵਿੱਚ ਹੀ ਪੱਖੇ ਨਾਲ ਲੜ ਕੇ ਜਿਹੜੀ ਆ ਆਪਣੇ ਆਪ ਨੂੰ ਖਤਮ ਕਰ ਲਿਆ।